ਭੂਆ ਲੱਗਦੀ ਮੈਂ ਵੀਰ ਜੀ ਲੱਗ ਘਰ ਦਾ ਮਾਹੌਲ ਬਹੁਤ ਵਧੀਆ ਖੁਸ਼ੀ ਆ ਭਤੀਜਾ ਸਾਡਾ MP ਬਣਿਆ ਮਾਹੌਲ ਤਾਂ ਬਹੁਤ ਵਧੀਆ ਮੈਂ ਤੇ ਸ਼ੁਰੂ ਤੋਂ ਹੀ ਨਾਲ ਆ ਜੋ ਮੋਰਚੇ ਚ ਬੈਠੀ ਉੱਥੋਂ ਤੱਕ ਨਾਲ ਹੀ ਅੱਜ ਤੱਕ ਵੀ ਅੱਜ ਵੀ ਪ੍ਰੋਗਰਾਮ ਤੋਂ ਜਾ ਕੇ ਆਏ ਬਹੁਤ ਖੁਸ਼ੀ ਅੱਜ ਤੇ ਇੰਨੀ ਜ਼ਿਆਦਾ ਖੁਸ਼ੀ ਆ ਨਾ ਵੀ ਹੁਣ ਤੇ ਹੋਣ ਡਿਆ ਵੀ ਜਲਦੀ ਜਲਦੀ ਘਰ ਆਵੇ ਇੰਨੀ ਖੁਸ਼ੀ ਹੋਣ ਡਈ ਆ ਪਹਿਲਾਂ ਤਾਂ ਸਹੁੰ ਦੀ ਟੈਨਸ਼ਨ ਜਾਂ ਸਹੁੰ ਵੀ ਚੁੱਕੀ ਗਈ ਹੁਣ ਹੋਣ ਡਿਆ ਵੀ ਜਲਦੀ ਜਲਦੀ ਘਰ ਆ ਜਾਣਾ ਆਪਣੇ ਸਾਡੇ ਚ ਪਹੁੰਚਣ ਸਾਡੇ ਆਪਣੇ ਘਰ ਆਪਣੇ ਪਰਿਵਾਰ ਨਾਲ ਬਈਏ ਆਪਣੇ ਬੇਟੇ ਨਾਲ ਬਸ ਮਾਤਾ ਜੀ ਹੋਣੀ ਵੀ ਬੈਠੇ ਨੇ ਪਿੰਡ ਵਾਸੀ ਵੀ ਆ ਰਹੇ ਲਗਾਤਾਰ ਹਾਂਜੀ ਲੋਕੀ ਵਧਾਈਆਂ ਦੇਣ ਆਉਣ ਡਿਆ ਬਹੁਤ ਖੁਸ਼ ਪਿੰਡ ਚ ਬਾਹਰੋਂ ਵੀ ਲੋਕੀ ਆਉਣ ਡਏ ਆ ਪਿੰਡ ਚੋਂ ਵੀ ਆਉਣ ਡਏ ਫੋਨ ਵੀ ਬਹੁਤ ਆਉਣ ਡਏ ਆ ਵਧਾਈ ਵਾਸਤੇ ਹਾਂਜੀ 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 ਲੱਡੂ ਲੱਡੂ ਆ ਸ਼ੱਕਰਪਾਰੇ ਆ ਕਢਾਏ ਦੇਸੀ ਘਿਓ ਦੇ ਉਹ ਵੰਡਣ ਡਏ ਆ ਜਿਹੜਾ ਕੋਈ ਆਉਂਦਾ ਉਹਨੂੰ ਖਿਲਾਉਣ ਡਏ ਆ ਹੋਰ ਬਸ ਠੀਕ ਠਾਕ ਚੱਲਦਾ ਹੁਣ ਤੈਨੂੰ ਦੇਖਣ ਡਏ ਜਲਦੀ ਜਲਦੀ ਘਰ ਆਵੇ ਪਰਮਾਤਮਾ ਨੂੰ ਘਰ ਲੈ ਕੇ ਆਵੇ ਤੇ ਚੱਲ ਆਪਣਾ ਆਣ ਕੇ ਜੋ ਵੀ ਉਹਦਾ ਕਰੇ ਆਪਣਾ ਕਾਰਜ ਸੰਗਤਾਂ ਨੂੰ ਆਸ ਇਹੋ ਕਰਦੇ ਆਣ ਕੇ ਸਗੋਂ ਲੋਕਾਂ ਦੇ ਜਿਹੜੇ ਮਾਵਾਂ ਰੋਣ ਡੀਆਂ ਉਹਨਾਂ ਦੇ ਬੱਚਿਆਂ ਨੂੰ ਬਚਾਵੇ ਨਸ਼ੇ ਤੋਂ ਦੂਰ ਕਰੇ ਜਿੱਦਾਂ ਉਹ ਅੰਮ੍ਰਿਤ ਛਕਾਉਂਦਾ ਛਕਾਵੇ ਸਾਰਿਆਂ ਨੂੰ ਤੇ ਚੱਲ ਸਿੱਖੀ ਵਾਲੇ ਪਾਸੇ ਸਾਰੇ ਲੱਗਣ ਬੱਚੇ ਤੇ ਚੱਲ ਵਧੀਆ ਹੋਵੇ ਸਭ ਵਧੀਆ ਮਾਹੌਲ ਵਧੀਆ ਬਟਾਏ ਭੂਆ ਮੈਂ ਹਾਂਜੀ ਕੀ ਲੱਗਦੇ ਤੁਸੀਂ ਭਾਈ ਭੂਆ ਲੱਗਦੀ ਮੈਂ ਹਾਂਜੀ ਵੀਰ ਜੀ ਲੱਗ ਬੋਲ ਕਰਦੇ ਮਾਹੌਲ ਨੂੰ ਜੇਕਰ ਗੱਲ ਕਰੀਏ ਘਰ ਦਾ ਮਾਹੌਲ ਬਹੁਤ ਵਧੀਆ ਖੁਸ਼ੀ ਆ ਭਤੀਜਾ ਸਾਡਾ MP ਬਣਿਆ ਹਾਂਜੀ ਅੱਗੇ ਪਹਿਲਾਂ ਦੇ ਮਾਹੌਲ ਨਾਲੋਂ ਤੇ ਅੱਜ ਦੇ ਮਾਹੌਲ ਦੇ ਵਿੱਚ ਕੀ ਲੱਗਦਾ ਅੱਜ ਮਾਹੌਲ ਬਹੁਤ ਖੁਸ਼ ਹਾਂਜੀ ਪਿੰਡ ਦੇ ਵਿੱਚ ਜਿਹੜਾ ਹੈਗਾ ਆਣ ਗੁਆਂਢ ਵੀ ਸਾਰੇ ਪਹੁੰਚੇ ਹੋਏ ਨੇ ਸਾਰੇ ਠੀਕ ਠਾਕ ਕਿਵੇਂ ਵਧਾਈ ਦੇ ਰਹੇ ਹੋ ਕਿਵੇਂ ਸਾਰੇ ਖੁਸ਼ ਸਾਰਾ ਪਿੰਡ ਹੀ ਖੁਸ਼ ਹਾਂਜੀ ਕੁਝ ਕਹਿਣਾ ਚਾਹੋਗੇ ਇਸ ਕਾਰਨ ਨਹੀਂ ਬਸ